ਕੋ ਜਿਦਵਾ ਰਹੇ ਸੋ ਮੈਂ ਤਰੀਕੇ ਲੱਭੇ ਕੋ ਤਰੀਕੇ ਲੱਭੇ ਕੋ ਜਿਦਵਾ ਰਹੇ ਪੀਟੀਆਈ ਕੋ ਕਿਉਂ ਨਹੀਂ ਪੀਟੀਆਈ ਪਸੰਦ ਨਹੀਂ ਆ ਮੈਨੂੰ ਔਰ ਨੂਨ ਲੀਗ ਉਹ ਵੀ ਨਹੀਂ ਪਸੰਦ ਪੀਪਲਸ ਪਾਰਟੀ ਪਸੰਦ ਨਹੀਂ ਉਹ ਬਿਲਕੁਲ ਨਹੀਂ ਪਸੰਦ ਜ਼ਰਾ ਵੀ ਪਸੰਦ ਨਹੀਂ ਕਿਸ ਕੋ ਜਿਦਵਾ ਰਹੇ ਜੀ ਮੈਂ ਤੋ ਲੱਭ ਬੈਕ ਸਾਥ ਇਨਸ਼ਾਅੱਲਾ ਕੋ ਜਿਦਵਾ ਰਹੇ ਇਨਸ਼ਾਅੱਲਾ ਦੇਖੋ ਅੱਲਾ ਪਾਕ ਖੈਰ ਕਰੇ ਕਿਉਂਕਿ ਅਫਸੋਸ ਨਹੀਂ ਹੋਗਾ ਇੱਕ ਤੋਂ ਵੋਟ ਦੀਏਗਾ ਅਲਹਮਦੁਲਿਲਾ ਤੋ ਜਬ ਬਾਕੀ ਪਾਰਟੀ ਕੋ ਵੋਟ ਦੂੰਗਾ ਤਾਂ ਦੁੱਖ ਹੋਗਾ ਸ਼ਾਇਦ ਇਹ ਬਣੀ ਹੈ ਨਹੀਂ ਬਣੀ ਹੈ ਸਰ ਅਭੀ ਕੋਈ ਪਤਾ ਨਹੀਂ ਹੈ 25 ਤਾਰੀਖ ਕੋਈ ਪਤਾ ਚਲੇਗਾ ਇਨਸ਼ਾਅੱਲਾ ਰਾਜਾ ਪਰਵੇਜ਼ ਅਸ਼ਰਫ ਰਾਜਾ ਪਰਵੇਜ਼ ਅਸ਼ਰਫ ਸਾਹਿਬ ਕੋ ਕਿਉਂ ਉਹ ਕਾਮ ਕੇ ਬੰਦੇ ਜੀ ਉਹ ਕਾਮ ਵਗੈਰਾ ਕਰਦੇ ਉਹਨਾਂ ਨੇ ਕਾਮ ਠੀਕ ਠਾਕ ਕੀ ਹੈ ਕੋਈ ਰਹਾਨ ਨਾ ਮਾਰ ਜੋ ਆਪਕੇ ਪਿਛਲੇ ਐਮ ਐਨ ਏ ਤੇ ਉਸਨੇ ਕੋਈ ਕਾਮ ਨਹੀਂ ਉਹਨਾਂ ਨੇ ਬਤਾਓ ਕੌਣ ਸਾ ਕਾਮ ਕੀਆ ਕੋਈ ਕਾਮ ਨਹੀਂ ਕੀਆ ਕਿਸ ਕੋ ਫਿਰ ਇਸ ਦਫਾ ਜਿਤਾ ਰਹੇ ਹੈ ਗੁਜਰ ਖਾਨ ਅੱਲਾ ਜੀ ਇਸ ਮਰਤਬਾ ਹਮ ਸ਼ੇਰ ਕੋ ਜਿਤਾ ਰਹੇ ਹੈ ਔਰ ਇਨਸ਼ਾਅੱਲਾ ਭਾਰੀ ਅਕਸਰੀਅਤ ਸੇ ਸ਼ੇਰ ਆਏਗਾ ਔਰ ਮਾਸ਼ਾਅੱਲਾ ਬਹੁਤ ਜ਼ਿਆਦਾ ਲੀਡ ਸੇ ਸ਼ੇਰ ਆਏਗਾ ਇਹਨਾਂ ਨੇ ਕਾਮ ਕੀਏ ਹੈ ਇਹ ਕਾਮ ਕੀ ਬੁਨਿਆਦ ਪੇ ਆਏ ਹੈ ਕਿ ਡਟੇ ਹੈ ਬਤਾਇਆ ਨਾ ਕਿਆ ਕਿਆ ਕਾਮ ਇਹਨਾਂ ਨੇ ਕਾਮ ਕੀਏ ਇਹਨਾਂ ਨੇ ਮੋਟਰਵੇ ਬਣਾਏ ਬਿਜਲੀ ਦਾ ਜੋ ਮੇਨ ਪੁਆਇੰਟ ਥਾ ਹਮਾਰੇ ਯਹਾਂ ਬਿਜਲੀ ਦਾ ਗੁਜਰ ਖਾਨ ਮੇਂ ਕਿਆ ਗੁਜਰ ਖਾਨ ਮੇਂ ਇਹਨਾਂ ਨੇ ਜੋ ਰੋਡੇ ਸੜਕੇ ਮਾਸ਼ਾਅੱਲਾ ਇਤਨੀ ਬਣਵਾਈ ਹੈ ਕਿ ਆਮ ਪਬਲਿਕ ਬਹੁਤ ਖੁਸ਼ ਹੈ ਇਨਸੇ ਬਤਾਇਆ ਨਾ ਕਿਸ ਕੋ ਫਿਰ ਇਸ ਦਫਾ ਜਿਤਵਾ ਰਹੇ ਸਰ ਇਨਸ਼ਾਅੱਲਾ ਰਾਜਾ ਪਰਵੇਜ਼ ਅਸ਼ਰਫ ਕੋ ਇਨਸ਼ਾਅੱਲਾ ਰਾਜਾ ਪਰਵੇਜ਼ ਅਸ਼ਰਫ ਕਿਉਂ ਰਾਜਾ ਪਰਵੇਜ਼ ਅਸ਼ਰਫ ਸਾਹਿਬ ਰਾਜਾ ਪਰਵੇਜ਼ ਅਸ਼ਰਫ ਜੀ ਉਸਨੇ ਹਮਾਰੇ ਹਲਕੇ ਮੇਂ ਬਹੁਤ ਕਾਮ ਕਰਵਾਏ ਹੈ ਉਸਕੀ ਵਜ੍ਹਾ ਸੇ ਗੈਸ ਲੱਗੀ ਹੋਈ ਹੈ ਹਮਾਰੇ ਹਲਕੇ ਮੇਂ ਇਸ ਵਜ੍ਹਾ ਸੇ ਹਮ ਰਾਜਾ ਪਰਵੇਜ਼ ਅਸ਼ਰਫ ਕੋ ਸਪੋਰਟ ਕਰੇਂਗੇ ਆਪ ਕੀ ਕਹਤੇ ਹੈ ਮੈਂ ਨੂਨ ਲੀਗ ਕੋ ਵੋਟ ਦੂੰਗਾ ਨੂਨ ਲੀਗ ਕੋ ਵੋਟ ਦੇਂਗੇ ਕਿਉਂ ਨੂਨ ਲੀਗ ਇੱਕ ਅੱਛੀ ਪਾਰਟੀ ਹੈ ਇਹ ਤਾਂ ਵੈਸੇ ਹੀ ਮਾਰਤੇ ਹੈ ਉਹ ਬੇਸ਼ੁਮਾਰ ਉਹਨਾਂ ਨੇ ਕਾਮ ਕਰਾਇਆ ਕੋਈ ਐਸੀ ਬਾਤ ਨਹੀਂ ਹੈ ਠੀਕ ਹੈ ਹਮਾਰੇ ਗਾਓਂ ਮੇਂ ਉਹਨਾਂ ਨੇ ਗੈਸ ਲਗਵਾਈ ਹੈ ਅਭੀ ਇਸ ਕੋ ਜਿਤਵਾ ਰਹੇ ਫਿਰ ਇਸ ਦਫਾ ਗੁਜਰ ਖਾਨ ਸੇ ਨੂਨ ਲੀਗ ਨੂਨ ਲੀਗ ਕੋ ਕਿਉਂ ਨੂਨ ਲੀਗ ਬਸ ਕਿਸ ਕੋ ਜਿਤਵਾ ਰਹੇ ਰਾਜਾ ਜੀ ਦੇ ਖਲਾਸ ਕੋ ਨੂਨ ਲੀਗ ਕੋ ਜੀ ਨੂਨ ਲੀਗ ਕੋ ਵੋਟ ਦੇ ਰਹੇ ਜੀ ਇਨਸ਼ਾਅੱਲਾ ਰਾਜ ਕਿਉਂਕਿ ਰਾਜਾ ਰੰਟਰ ਪਾਵਰ ਹੈ ਉਸ ਕੋ ਨਹੀਂ ਦਿਆ ਕੋਈ ਕਾਮ ਨਹੀਂ ਕਰਾਇਆ ਗੁਜਰ ਖਾਨ ਮੇਂ ਖਾਲੀ ਰੰਟਰ ਪਾਵਰ ਕੇ 3 ਰੁਪਏ ਰੁਪਈਆ ਖਾ ਗਿਆ ਗੁਜਰ ਖਾਨ ਵਾਲੇ ਜੀ ਜੀ ਕਿਸ ਕੋ ਜਿਤਵਾ ਰਹੇ ਜਿਤਵਾ ਰਹੇ ਜੇ ਦੋਨੋਂ ਕਾ ਮੁਕਾਬਲਾ ਜਾ ਰਹਾ ਜੀ ਪੀਟੀਆਈ ਕਾ ਰੋ ਪੀਪਲਸ ਪਾਰਟੀ ਕਾ ਨੂਨ ਲੀਗ ਕਾ ਨਹੀਂ ਨੂਨ ਲੀਗ ਕਾ ਹਮ ਤੋ ਕੋਈ ਤਸਵਰ ਵੀ ਨਹੀਂ ਕਰ ਸਕਤੇ ਹਮ 30 ਸਾਲ ਸੇ ਉਨਕੋ ਵੋਟ ਦੇ ਰਹੇ ਉਨ੍ਹਾਂ ਨੇ ਕਿਆ ਕਾਮ ਕੀਆ ਹੈ ਕੋਈ ਕਾਮ ਨਹੀਂ ਕੀਆ ਕੁਝ ਕਾਮ ਨਹੀਂ ਕੀਆ ਬਿਜਲੀ ਕਾ ਬਾਰੋਂ ਇਤਨਾ ਹੈ ਕਿ ਆਪ ਇਹ ਦੇਖੇ ਸ਼ੇਰ ਕਾਮ ਅਜ਼ ਕਾਮ ਸਭ ਕੁਝ ਫੇਰ ਆਪ ਜੋ ਮਰਜ਼ੀ ਬੋਲੇ ਸ਼ੇਰ ਬਿਸ਼ਾ ਫੇਰ ਆਪ ਇਹ ਦੇਖੇ ਆਪਣੇ ਬੱਚੋਂ ਕੇ ਮੁਸਤਕਬਲ ਔਰ ਆਪਣੇ ਮੁਲਕ ਕੇ ਬਾਰੇ ਮੇਂ ਇਹ ਦੇਖੇ ਕਿ ਕਿਸ ਨੇ ਕਿਆ ਕੀਆ ਹੈ ਸੁਹਾਵਾ ਰੋਡ ਔਰ ਚਕਵਾ ਰੋਡ ਮਤਲਬ ਰੋਡ ਸੇ ਰਾਜੇ ਪ੍ਰੇਸ਼ਰ ਨੇ ਕੰਮ ਕੀਤੇ ਪਾਸਪੋਰਟ ਆਪਸ ਰੇਲਵਾ ਰੋਡ ਜੇ ਸਨਾਚੀ ਕਾਰਡ ਇਹ ਰਾਜੇ ਪ੍ਰੇਸ਼ਰ ਨੇ ਕੰਮ ਕਰਵਾਏ ਭਾਵੇਂ ਜੋ ਦੁਨੀਆ ਪਰ ਆਖੇ ਰਾਜਾ ਪ੍ਰੇਸ਼ ਜਿਹੜੇ ਆਸ ਹੁਣ ਵੀ ਇਨਸ਼ਾਅੱਲਾ ਇਲੈਕਸ਼ਨ ਜਿੱਤੇਗਾ ਗੁਜਰ ਖਾਨ ਸੇ ਪਾਕਿਸਤਾਨ ਮੁਸਲਿਮ ਲੀਗ ਤਹਿਸੀਲ ਗੁਜਰ ਖਾਨ ਨੂਨ ਕਾ ਗੜ੍ਹ ਹੈ ਔਰ ਇਨਸ਼ਾਅੱਲਾ ਨੂਨ ਹੀ ਜਿੱਤੇਗੀ ਇਨਸ਼ਾਅੱਲਾ ਨੂਨ ਹੀ ਜਿੱਤੇਗੀ ਸਭ ਚੋਰ ਚੁੱਕੇ ਫਾਰਗ ਹੋਣੇ ਚਾਹੀਏ ਗੁਜਰ ਖਾਨ ਮੇਂ ਕੋਈ ਪੀਣੇ ਕੇ ਲਈ ਪਾਣੀ ਨਹੀਂ ਹੈ ਗਟਰ ਕਾ ਪਾਣੀ ਵਾਮ ਪੀ ਚੁਗਾ ਚੋਰੋ ਪਾਣੀ ਪੀਣਾ ਚੋਰੋ ਪੀਣੇ ਕੇ ਲਈ ਪਾਣੀ ਨਹੀਂ ਹੈ ਠੀਕ ਹੈ ਬਿਜਲੀ ਨਹੀਂ ਹੈ ਚੋਰ ਆਇਆ ਚੋਰ ਆਇਆ ਇਨਸ਼ਾਅੱਲਾ ਪੀਟੀਆਈ ਕੋ ਸਰ ਕਿਉਂ ਬਸ ਦੋਨੋਂ ਕੋ ਚੈੱਕ ਕਰ ਚੁੱਕੇ ਹਾਂ ਅਬ ਤੀਸਰੇ ਕੋ ਅਜ਼ਮਾਨਾ ਚਾਹੀਏ ਅਜ਼ਮਾਨਾ ਚਾਹੀਏ ਨੂਨ ਲੀਗ ਔਰ ਪੀਪਲਸ ਪਾਰਟੀ ਨੇ ਕੰਮ ਨਹੀਂ ਕੀਤਾ ਦੋਨੋਂ ਦੀ ਆਪਣੀ ਆਪਣੀ ਵਾਰੀਆਂ ਦੇ ਚੁੱਕੀਆਂ ਅਬ ਇੱਕ ਕੋ ਅਜ਼ਮਾਨਾ ਚਾਹੀਏ ਜਿੱਥੋਂ ਨਹੀਂ ਚਾਂਸ ਮਿਲਾ ਉਸੇ ਅਜ਼ਮਾਨਾ ਚਾਹੀਏ ਕਿਉਂ ਭਾਈ ਕਿਸ ਕੋ ਜਿਤਵਾ ਰਿਹਾ ਫਿਰ ਗੁਜਰ ਖਾਨ ਸੇ ਸਰ ਜੀ ਨੂਨ ਲੀਗ ਕਾ ਜ਼ੋਰ ਤਾਂ ਪਹਿਲੇ ਬਹੁਤ ਜ਼ਿਆਦਾ ਆਮ ਲੋਕ ਬਾਪ ਦਾਦਾ ਸਾਰੇ ਨੂਨ ਲੀਗ ਕੇ ਸਾਥ ਹੈ ਹਮੇਸ਼ਾ ਸੇ ਪਿਛਲੇ ਸਾਲ ਵੀ ਮਾਰੀ ਪੂਰੀ ਫੈਮਿਲੀ ਬਰਾਦਰੀ ਨੇ ਓਪਨਲੀ ਐਲਾਨ ਕੀਆ ਤਾਂ ਨੂਨ ਲੀਗ ਕੇ ਸਾਥ ਹੈ ਪਰ 5 ਸਾਲ ਕੀ ਕਾਰਗਰਦਗੀ ਉਨਕੀ ਬਿਲਕੁਲ ਜ਼ੀਰੋ ਰਹੀ ਹੈ ਠੀਕ ਹੈ ਜਵੇਦ ਇਖਲਾਸ ਸਾਹਿਬ ਦੇ ਉਹਨਾਂ ਨੇ ਤਾਂ ਕਿਹਾ ਬੋਲ ਲਿਖ ਕਿਆ ਸੱਤੇ ਹੀ ਨਹੀਂ ਕਿਆ ਕਹਿ ਜਾਏ ਉਨਕੇ ਬਾਰੇ ਮੈਂ ਇਸ ਦਫਾ ਪੀਟੀਆਈ ਔਰ ਪੀਪਲਸ ਪਾਰਟੀ ਕਾ ਸ਼ੋਰ ਹੈ ਦੇਖੇ ਲੈਟਸ ਸੀ ਕਿਆ ਹੋਤਾ ਹੈ ਦੇਖੇ ਜੋ ਬੁਨਿਆਦੀ ਸਹੂਲਤੇ ਹੈ ਨਾ ਆਵਾਮ ਕੀ ਅਗਰ ਵੋ ਹੀ ਪੂਰੀ ਨਹੀਂ ਹੋਤੀ ਤਾਂ ਇਹ ਮੈਟਰੋ ਪੁਲ ਔਰ ਇਹ ਟ੍ਰੇਨੋਂ ਕਾ ਆਵਾਮ ਮੇਂ ਕਿਆ ਫਾਇਦਾ ਹੈ ਮੁਝੇ ਬਤਾਏ ਲੇਕਿਨ ਇਹ ਵੀ ਤਾਂ ਜ਼ਰੂਰੀ ਹੈ ਨਹੀਂ ਇਹ ਬਾਤ ਕੀ ਬਾਤਾਂ ਹੈ ਇਹ ਜੋ ਪਹਿਲੇ ਜੋ ਮੇਨ ਬੁਨਿਆਦੀ ਸਹੂਲਤੇ ਆਵਾਮ ਕੋ ਮਿਲੇਂਗੀ ਨਾ ਤਾਂ ਇਹ ਬਾਤ ਕੀ ਬਾਤਾਂ ਹੈ ਸਾਰੀ ਕਿ ਯਹਾਂ ਸੇ ਕਿਸ ਕੋ ਜਿਤਵਾ ਰਹੇ ਹੋ ਰਾਜਾ ਪਰਵੇਜ਼ ਅਸ਼ਰਫ ਕਿਉਂ ਬਸ ਹੁਕਮ ਅੱਛਾ ਕਰਨਾ ਹਰ ਆਦਮੀ ਮਿਲਣਾ ਜੁਲਣਾ ਕਿਆ ਕੰਮ ਅੱਛਾ ਕਰਨਾ ਸਭ ਕੰਮ ਅੱਛੇ ਹੋ ਗਏ ਲੋਕਾਂ ਨੂੰ ਨੌਕਰੀਆਂ ਲਵਾਉਣਾ ਸੜਕਾਂ ਬਣਵਾਉਣਾ ਅੰਡਰਪਾਸ ਬਣਵਾਇਆ ਪਾਸਪੋਰਟ ਆਫਿਸ ਆਉਂਦਾ ਨੇ ਹਾਂਜੀ ਬਾਈ ਕਿਸ ਕੋ ਜਿਤਵਾ ਰਹੇ ਹੋ ਜਨਾਬ ਤਰੀਕੇ ਇਨਸਾਫ ਕੋ ਤਰੀਕੇ ਇਨਸਾਫ ਕੋ ਕਿਉਂ ਬਸ ਖਾਨ ਸਾਹਿਬ ਨੇ ਹੈ ਨਾ ਉਹ ਆਏਗਾ ਤਾਂ ਉਹਨਾਂ ਕੋ ਵੋਟ ਦੇਣੀ ਹੈ ਮੈਂ ਇਨਸਾਫ ਤਰੀਕੇ ਇਨਸਾਫ ਕੇ ਸਾਥ ਹੈ ਜੀ ਜਮਾਤ ਹੀ ਬਹੁਤ ਅੱਛੀ ਹੈ ਮੈਂ ਪਸੰਦ ਹੈ ਇਸ ਵਜ੍ਹਾ ਸੇ ਉਸਕੇ ਸਾਥ ਹੈ ਮੁਸਲਿਮ ਲੀਗ ਵਾਲੋ ਕੋ ਪੀਪਲ ਪਾਰਟੀ ਵਾਲੋ ਕੋ ਅਜ਼ਮਾ ਲਿਆ ਹੈ ਉਹਨਾਂ ਨੇ ਇਤਨਾ ਕੁਛ ਕੀਆ ਨਹੀਂ ਹੈ ਜੋ ਆਵਾਮ ਜਿਸਕੀ ਤਕਵਾਤ ਕਰਦੀ ਹੈ ਉਹ ਜਿਸ ਤਰ੍ਹਾਂ ਕੇ ਮਨਸ਼ੂਰ ਦੇਤੇ ਹੈ ਕਿਉਂ ਸਰ ਕਿਸ ਕੋ ਜਿਤਵਾ ਰਹੇ ਸਰ ਮੁਸਲਿਮ ਲੀਗ ਨੂਨ ਮੁਸਲਿਮ ਲੀਗ ਨੂਨ ਕੋ ਕਿਉਂ ਜਿਤਵਾ ਬਾਤ ਉਹ ਉਹਨਾਂ ਨੇ ਕੰਮ ਕੀਆ ਰੋਡੇ ਬਣਾਈਆਂ ਸਭ ਕੁਝ ਕ ਬਿਜਲੀ ਆਈ ਹੈ ਪੀਡੀਆਈ ਵਾਲੋਂ ਨੇ ਕਿਆ ਕੀਆ